ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ, ਨਿਊਜ਼ ਨੰਬਰ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਫਿਰੋਜ਼ਪੁਰ ਹਲਕੇ ਤੋਂ, ਜਿੱਥੇ ਸ਼ੇਰ ਸਿੰਘ ਘੁਬਾਇਆ ਅਤੇ ਸੁਖਬੀਰ ਸਿੰਘ ਬਾਦਲ ਦੇ ਆਪਸ ਦੇ ਵਿੱਚ ਕਾਫੀ ਸਿੰਘ ਫਸੇ ਹੋਏ ਨੇ। ਖਬਰ ਕਾਫੀ ਹਾਸੋਹੀਣੀ ਵੀ ਹੈ ਅਤੇ ਪਰ ਖਬਰ ਨੂੰ ਸੁਣ ਕੇ ਤੁਹਾਨੂੰ ਸ਼ਰਮ ਵੀ ਮਹਿਸੂਸ ਹੋਏਗੀ। ਦਰਅਸਲ ਉਸ ਇਲਾਕੇ ਦੇ ਵਿੱਚ ਕੁਝ ਲੋਕ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਇੱਕ ਕਾਰਨ ਦੱਸਦੇ ਨੇ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਲੜ ਕਿਉਂ ਫੜਿਆ। ਉਹ ਦੱਸਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਦੋ ਦਿਨ ਪਹਿਲਾਂ ਨਾਲ ਦੇ ਕਿਸੇ ਪਿੰਡ ਦੇ ਵਿੱਚ ਆਏ ਸਨ ਅਤੇ ਉੱਥੇ ਇਹ ਸੰਗਤਾਂ ਇਕੱਠੀਆਂ ਹੋ ਕੇ ਗਈਆਂ ਸੀ ਅਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਉੱਥੇ ਪਕੌੜੇ ਅਤੇ ਗੁਲਾਬ ਜਾਮਣਾਂ ਬਣੀਆਂ ਨੇ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਦੋਂ ਉੱਥੇ ਉਹ ਪਹੁੰਚੇ ਤਾਂ ਉਹਨਾਂ ਨੂੰ ਕੋਈ ਵੀ ਪਕੌੜੇ ਅਤੇ ਗੁਲਾਬ ਜਾਮਣਾਂ ਨਹੀਂ ਮਿਲੀਆਂ ਅਤੇ ਇਸ ਗੱਲ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੋਗਰਾਮ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਆ ਕੇ ਐਲਾਨ ਕਰ ਦਿੱਤਾ ਕਿ ਅਸੀਂ ਸ਼ੇਰ ਸਿੰਘ ਘੁਬਾਇਆ ਦਾ ਸਾਥ ਦੇਵਾਂਗੇ ਕਿਉਂਕਿ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਠੱਗਿਆ, ਸਾਨੂੰ ਉੱਥੇ ਬੁਲਾ ਕੇ ਪਕੌੜੇ ਅਤੇ ਗੁਲਾਬ ਜਾਮਣਾਂ ਨਹੀਂ ਖਵਾਈਆਂ। ਅੱਜ ਪਿੰਡ ਨਵਾਂ ਅਸਤਾ MP ਸਾਹਿਬ ਸਰਦਾਰ ਸ਼ੇਰ ਸਿੰਘ ਘੁਬਾਇਆ ਦੀ ਗੈਰ ਹਾਜ਼ਰੀ ਵਿੱਚ ਚੇਅਰਮੈਨ ਗੁਰਦਾਰ ਸਿੰਘ, ਜਿਨ੍ਹਾਂ ਨੇ ਜੋ ਇਹ ਪਰਿਵਾਰ ਖੜ੍ਹੇ ਹਨ, ਇਹ ਪਹਿਲਾਂ ਅਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਦੇ ਸਨ ਪਰ ਉਹਨਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਇਹਨਾਂ ਨੇ ਅੱਜ ਚੇਅਰਮੈਨ ਗੁਰਦਾਸ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਸੋ ਸਾਰੇ ਇਸ ਗੱਲ 'ਤੇ ਬਹੁਤ ਖੁਸ਼ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਨੇ ਪੂਰੇ ਕੀਤੇ ਹਨ। ਸੋ ਕੱਲ੍ਹ ਜੋ ਹਸਤਾ ਕਲਾਂ ਪਿੰਡ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਏ ਸਨ, ਇਹ ਪਰਿਵਾਰ ਉੱਥੇ ਗਏ ਸੀ ਅਤੇ ਇਹ ਆਪਣੀ ਜਿਹੜੀ ਉੱਥੋਂ ਦੀ ਹੱਡ ਬੀਤੀ ਹੈ ਉਹ ਦੱਸਣਗੇ। ਹਾਂਜੀ, ਤੁਹਾਡਾ ਨਾਮ ਕੀ ਹੈ? ਠੀਕ ਹੈ, ਪਹਿਲਾਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ? ਬਾਦਲ ਸਰਕਾਰ ਨਾਲ। ਅੱਛਾ, ਕੱਲ ਗਏ ਤਾਂ ਉੱਥੇ ਕੀ ਵੇਖਿਆ ਤੁਸੀਂ? ਹਸਤਾ ਕਲਾਂ ਬਾਦਲ ਸਾਹਿਬ ਆਏ ਸੀ ਤਾਂ ਉੱਥੇ ਪ੍ਰੋਗਰਾਮ ਥੋੜਾ ਘਣਾ ਹੈਗਾ ਸੀ ਤੇ ਬੁੱਢਿਆ ਬੰਦੇ ਹਸਤੇ ਕਲਾਂ ਦੇ ਸਾਰੇ ਆਏ ਸੀ, ਕੋਈ ਨਵੇਂ ਹਸਤੇ ਦੇ ਆਏ ਸੀ, ਨੂਰ ਸ਼ਾਹ ਦੇ, ਨੌਲਾਂ ਦੇ, ਰਾਣੇ ਦੇ, ਤੇ ਉੱਥੇ ਪਕੌੜਿਆਂ ਦਾ ਇਹ ਜਿਹਾ ਬਣਿਆ ਬਹਾਨਾ, ਕੋਈ ਤਾਂ ਵੱਡੇ ਵੱਡੇ ਜਿਹੜੇ ਲੀਡਰ ਹੈਗੇ ਸੀ ਉਹ ਖਾ ਗਏ ਤੇ ਰਹਿੰਦੇ ਪਿੰਡ ਵਾਲਿਆਂ ਨੂੰ ਕਿਸੇ ਨੂੰ ਇੱਕ ਆਇਆ ਤੇ ਕਈ ਗਣੇ ਰਹਿ ਗਏ। ਚੱਲ, ਇਹ ਜੰਗੀਰ ਸਿੰਘ ਸਾਰੇ ਪਿੰਡ 'ਚ ਵਜਿਆ, ਨਾਲ ਨਵੇਂ ਰਸਤੇ 'ਚ ਗਲਸ਼ੇਰ ਸਿੰਘ, ਇਹਨਾਂ ਪਿੰਡਾਂ 'ਚ ਆਖਾ ਬਹੁਤ ਅਸੀਂ ਕੁਝ ਕਰਦੇ ਪਏ ਪਕੌੜੇ ਤੇ ਬੜਾ ਕੁਝ ਦਾਲ ਫੁਲਕਾ ਬਣਾਉਂਦੇ ਪਏ, ਗੁਲਾਬ ਜਾਮਣ ਛਲਾਣੇ ਨੇ, ਸੰਗਤ ਨੂੰ ਠੱਗ ਤੇ ਲੈ ਗਏ। ਉੱਥੇ ਅਸੀਂ ਜਿਸਲੇ ਗਏ ਨਾ ਸਾਨੂੰ ਉੱਥੇ ਕੋਈ ਚੀਜ਼ ਨਹੀਂ ਮਿਲੀ ਤੇ ਅਸੀਂ ਤਾਂ ਉੱਥੇ ਨਾਰਾਜ਼ ਹੋ ਤੇ ਅਸੀਂ ਨਾਰਾ ਸ਼ੇਰ ਸਿੰਘ ਦਾ ਲਾ ਦਿੱਤਾ ਤੇ ਉੱਥੇ ਲੈਣਾ ਲੈਣਾ ਹੋ ਗਈ। ਸ਼ੇਰ ਸਿੰਘ, ਸ਼ੇਰ ਸਿੰਘ ਨਾਰਾ ਗਦੀ ਬੈਠੋ ਕੇ ਤੇ ਸਾਰੇ ਜਿਹੜੇ ਹੈਗੇ ਸੀ ਉਹ ਸਰਪੰਚ ਉਹ ਵੀ ਨਾਰਾਜ਼ ਹੋ ਤੇ ਆਪੋ ਉਹਦੇ ਘਰਾਂ ਨੂੰ ਵੜ ਗਏ, ਉਹ ਵਹਿੰਦੇ ਰਹਿ ਗਏ ਵੀ ਇਹ ਹੋਇਆ ਕੀ, ਲਿਆਂਦਾ ਬਾਦਲ ਨੂੰ ਤੇ ਉਠਾ ਸ਼ੇਰ ਸਿੰਘ ਦੀ ਆ ਗਈਆਂ। ਹੁਣ ਕਿਹੜੀ ਪਾਰਟੀ ਸ਼ਾਮਲ ਹੋ ਗਏ? ਹੁਣ ਅਸੀਂ ਸ਼ੇਰ ਸਿੰਘ ਦੇ ਨਾਲ ਹੈਗੇ ਆ, ਕਾਂਗਰਸ ਪਾਰਟੀ। ਹੁਣ ਤੁਸੀਂ ਆਪ ਦੱਸੋ ਕਿ ਇਸ ਗੱਲ ਨੂੰ ਸੁਣ ਕੇ ਕੋਈ ਬੰਦਾ ਹੱਸੇ ਕਿ ਸ਼ਰਮ ਮਹਿਸੂਸ ਕਰੇ? ਦੇਖ ਸਕਦੇ ਹਾਂ ਪੰਜਾਬੀਆਂ ਦਾ ਕਿੰਨਾ ਕੁ ਜ਼ਮੀਰ ਜਾਗਦਾ, ਪਕੌੜਿਆਂ ਦੇ ਪਿੱਛੇ ਦਲ ਬਦਲ ਦਿੰਦੇ ਨੇ। ਆਮ ਤੌਰ 'ਤੇ ਅਸੀਂ ਲੀਡਰਾਂ 'ਤੇ ਬਹੁਤ ਇਲਜ਼ਾਮ ਲਾਉਂਦੇ ਹਾਂ ਕਿ ਲੀਡਰ ਦਲ ਬਦਲ ਦਿੰਦੇ ਨੇ ਕੁਰਸੀਆਂ ਪਿੱਛੇ, ਘੱਟੋ ਘੱਟੋ ਕੁਰਸੀ ਪਿੱਛੇ ਤਾਂ ਦਲ ਬਦਲਦੇ ਨੇ, ਚਲੋ ਉਹਨਾਂ ਨੂੰ ਕੁਛ ਮਿਲਦਾ ਤਾਂ ਕੁਰਸੀ ਤਾਂ ਮਿਲਦੀ ਹੈ ਨਾ, ਪਰ ਅਸੀਂ ਤਾਂ ਪਕੌੜਿਆਂ ਦੇ ਪਿੱਛੇ ਦਲ ਬਦਲ ਦਿੰਦੇ ਨੇ, ਪਕੌੜਿਆਂ ਪਿੱਛੇ ਆਪਣਾ ਜ਼ਮੀਰ ਵੇਚ ਦਿੰਦੇ ਹਾਂ। ਪਕੌੜਿਆਂ ਦੇ ਪਿੱਛੇ ਦਲ ਬਦਲਦੇ ਹੋਏ ਉਹ ਵੀਡੀਓ ਪਾ ਕੇ ਲੋਕਾਂ ਨੂੰ ਇਸ ਤਰ੍ਹਾਂ ਦੱਸ ਰਹੇ ਨੇ ਜਿਵੇਂ SYL ਦੇ ਮੁੱਦੇ 'ਤੇ ਜਾ ਕੇ ਦਲ ਬਦਲਿਆ ਹੋਵੇ। ਜ਼ਮੀਰ ਅਸੀਂ ਦੇਖ ਸਕਦੇ ਹਾਂ, ਸੋਚ ਅਸੀਂ ਦੇਖ ਸਕਦੇ ਹਾਂ, ਫਿਰ ਅਸੀਂ ਹੀ ਇਹਨਾਂ ਲੀਡਰਾਂ ਨੂੰ ਸ਼ਿਕਾਇਤਾਂ ਕਰਦੇ ਹਾਂ, ਫਿਰ ਸਾਡੀਆਂ ਸ਼ਿਕਾਇਤਾਂ ਕਰਨੀਆਂ ਬਣਦੀਆਂ ਨਹੀਂ। ਵੈਸੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਘੁਬਾਇਆ
ਦੇ ਗਰੁੱਪ 'ਚ ਅਗਰ ਗਏ ਵੀ ਨੇ ਤਾਂ ਇਹੋ ਜਿਹੇ ਲੋਕਾਂ ਨੇ ਘਬਾਇਆ ਨੂੰ ਕਿਹੜਾ ਜਾ ਕੇ ਫਿਰ ਬਹੁਤਾ ਫਰਕ ਪਾ ਦੇਣਾ। ਸੋ ਗੱਲ ਇੱਥੇ ਆ ਕਿ ਨਿਬੜਦੀ ਹੈ ਵੀ ਅਸੀਂ ਮੁੱਦਿਆਂ ਤੋਂ ਆਪ ਭਟਕਦੇ ਹਾਂ, ਅਸੀਂ ਮੁੱਦਿਆਂ ਤੋਂ ਆਪ ਭੱਜੇ ਹੋਏ ਹਾਂ, ਸਾਨੂੰ ਆਪ ਨੂੰ ਨਹੀਂ ਪਤਾ ਸੀ ਲੀਡਰਾਂ ਤੋਂ ਕੰਮ ਕਿਸ ਤਰ੍ਹਾਂ ਲੈਣਾ।